ਇਹ ਸਵਾਗਤ ਹੈ ਜੀ ਤੁਹਾਡਾ ਜੇ ਐਸ ਸੋਹੀ ਬਲੌਗਸ ਤੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਕਿਉਂ ਨਹੀਂ ਨਿਕਲੀ ਠੀਕ ਹੈ ਜੀ ਕਿਉਂ ਨਹੀਂ ਨਿਕਲੀ ਤੇ ਕੁਝ ਕੁ ਫੇਸਬੁੱਕੀ ਵਿਦਵਾਨ ਨੇ ਠੀਕ ਹੈ ਉਹਦੇ ਕਮੈਂਟ ਕਰਦੇ ਨੇ ਵੀ ਤੁਸੀਂ ਜਰਮੀਨੇਸ਼ਨ ਨਹੀਂ ਚੈੱਕ ਕੀਤੀ ਹੋਣੀ ਮੈਂ ਕਾਫੀ ਸਾਰੀਆਂ ਵੀਡੀਓ ਦੇਖੀਆਂ ਠੀਕ ਹੈ ਵੀ ਅੱਜ ਕਮ ਸੇ ਕਮ 50% ਜਿਹੜੀ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਉਹ ਨਿਕਲੀ ਨਹੀਂ ਹੈਗੀ ਉੱਗੀ ਨਹੀਂ ਹੈਗੀ ਮਤਲਬ ਕਿ ਤੇ ਕਈ ਕਿਸਾਨ ਵੀਰ ਪੁੱਛਦੇ ਨੇ ਠੀਕ ਹੈ ਫੇਸਬੁੱਕ ਤੇ ਜਾਂ ਯੂਟਿਊਬ ਤੇ ਕਮੈਂਟ ਕਰਕੇ ਵੀ ਇਹਦਾ ਕਾਰਨ ਕੀ ਹੋ ਸਕਦਾ ਤੇ ਉੱਥੇ ਫੇਸਬੁੱਕੀ ਵਿਦਵਾਨਾਂ ਦਾ ਕਹਿਣਾ ਗਿੱਲ ਘੱਟ ਹੋਊ ਜੀ ਤੁਸੀਂ ਬੀਜ ਦੀ ਜਰਮੀਨੇਸ਼ਨ ਚੈੱਕ ਨਹੀਂ ਕੀਤੀ ਹੋਣੀ ਅੱਜ ਤੁਹਾਡੇ ਨਾਲ ਸਾਰੀਆਂ ਗੱਲਾਂ ਸਪਸ਼ਟ ਕਰਾਂਗੇ ਤੇ ਉਹਦਾ ਹੱਲ ਦੱਸਾਂਗੇ ਵੀ ਤੁਸੀਂ ਹੱਲ ਕੀ ਕਰ ਸਕਦੇ ਹੋ ਸੋ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਦੇਖਿਓ ਤਾਂ ਜੋ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚੇ ਤੇ ਤੁਹਾਨੂੰ ਉਹਦਾ ਸਹੀ ਹੱਲ ਮਿਲ ਸਕੇ ਠੀਕ ਹੈ ਕਿਉਂਕਿ ਕਮੈਂਟ ਕਰਦੇ ਹਾਂ ਉੱਥੇ ਮਜ਼ਾਕ ਉਡਾਇਆ ਜਾਂਦਾ ਜਦੋਂ ਵੀ ਤੁਸੀਂ ਫੇਸਬੁੱਕ 'ਤੇ ਕਮੈਂਟ ਕਰਕੇ ਜਾਂ ਪੋਸਟ ਪਾ ਕੇ ਪੁੱਛਦੇ ਹੋ ਉੱਥੇ ਬਹੁਤ ਸਾਰੇ ਕਿਸਾਨਾਂ ਦਾ ਹੀ ਮਜ਼ਾਕ ਉਡਾਉਂਦੇ ਨੇ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਠੀਕ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਪੂਰੀ ਦੇਖਿਓ ਹਾਂ ਵੀਰੋ ਤੁਸੀਂ ਦੇਖੋ ਜਰਮੀਨੇਸ਼ਨ ਆ ਮਸ਼ੀਨ ਨਾਲ ਬੀਜੀ ਹੈ ਇੱਕ ਵਾਰ ਤੁਹਾਨੂੰ ਮੈਂ ਦੂਸਰੇ ਹੋਰ ਖੇਤ ਚੰਗਾ ਦੇਖੋ ਇੱਧਰ ਚਾਰ ਜਾਂ ਚਾਰ ਤਕਰੀਬਨ 5 ਦਿਨ ਪਹਿਲਾਂ ਬੀਜੀ ਹੋਈ ਹੈ ਲਓ ਇਹਦੀ ਜਰਮੀਨੇਸ਼ਨ ਦੇਖ ਲਓ ਡਾਲ ਉੱਗੇ ਹੋਏ ਲਓ ਨੁਕਸਾਨ ਹੀ ਨੁਕਸਾਨ ਹੈ ਇਹ ਤਾਂ 50% ਵੀ ਨਹੀਂ ਹੈਗੀ 70% ਵੀ ਨਹੀਂ ਇਹ ਮੈਂ ਮੰਨਦਾ ਵੀ ਇਹ 70% ਨਹੀਂ ਹੋਈ ਹੋਈ ਆਹ ਆ ਦੇਖ ਸਕਦੇ ਹੋ ਕਿਤੇ ਤੁਹਾਨੂੰ ਡਾਲ ਦਿੰਦਾ ਆਹ ਦੇਖੋ ਮਾੜੇ ਮੋਟੇ ਵਿਚਕਾਰ ਕਿਤੇ ਨਾ ਕਿਤੇ ਲਓ ਸਾਰਾ ਖਾਲੀ ਪਿਆ ਹਾਲਾਂਕਿ 5 ਦਿਨ ਪਹਿਲਾਂ ਬੀਜੀ ਹੈ ਤੁਹਾਨੂੰ ਅੱਗੇ ਵੀ ਜਾ ਕੇ ਦਿਖਾਉਣੇ ਆ ਵੀ ਕਿੰਨੀ ਕੁ ਜਰਮੀਨੇਸ਼ਨ ਹੋਈ ਆ ਤੁਸੀਂ ਦੇਖ ਸਕਦੇ ਹੋ ਦੇਖੋ ਆ ਨਾਲ ਸਿਆੜ ਸਾਰੇ ਖਾਲੀ ਪਏ ਨੇ ਆਹ ਦੇਖ ਸਕਦੇ ਹੋ ਲਓ ਸਾਰੇ ਸਿਆੜ ਖਾਲੀ ਪਏ ਨੇ ਲਓ ਦੇਖ ਸਕਦੇ ਹੋ ਜਰਮੀਨੇਸ਼ਨ ਹੋਈ ਹੋਈ ਕਿਤੇ ਕਿਤੇ ਜਰਮੀਨੇਸ਼ਨ ਲਓ ਹੁਣ ਇੱਥੇ ਕਿਸਾਨ ਕੀ ਕਰੂ ਇੱਥੇ ਸਰਕਾਰਾਂ ਦੱਸਿਆ ਨੇ ਹਾਲਾਂਕਿ ਆਹ 4 ਦਿਨ ਬਾਅਦ ਬੀਜੀ ਹੋਈ ਆ ਇਹਦੀ ਜਰਮੀਨੇਸ਼ਨ ਦੇਖ ਲਓ ਤੁਸੀਂ ਨਾਲ ਹੀ ਦਿਖਾ ਰਿਹਾ ਤੁਹਾਨੂੰ ਮੈਂ ਦੇਖੋ ਜਰਮੀਨੇਸ਼ਨ ਇੱਕ ਬੀਜ ਆ ਕੋਈ ਬੀਜ ਲੱਗ ਨਹੀਂ ਉਹੀ ਬੀਜ ਆ ਜਿਹੜਾ ਕਿ ਇੱਧਰ ਬੀਜਿਆ ਹੋਇਆ ਇੱਧਰ ਦੇਖ ਸਕਦੇ ਹੋ ਜਰਮੀਨੇਸ਼ਨ ਕਿੰਨੀ ਕੁ ਜਰਮੀਨੇਸ਼ਨ ਹੋਈ ਆ ਤੁਸੀਂ ਆਪ ਦੇਖ ਸਕਦੇ ਹੋ ਇੱਧਰ ਬੀਜ ਦੀ ਜਰਮੀਨੇਸ਼ਨ ਦਾ ਤੁਹਾਨੂੰ ਇਹ ਦੱਸਦੇ ਹਾਂ ਵੀ ਕੀ ਪ੍ਰੋਬਲਮ ਆ ਹੁਣ ਇੱਕੇ ਬੀਜ ਆ ਹਾਲਾਂਕਿ ਇਹ 5 ਦਿਨ ਪਹਿਲਾਂ ਬੀਜੀ ਹੋਈ ਆ ਕਣਕ ਕਿਹੜੀ ਕਣਕ ਤੋਂ ਜਿਹੜੀ ਕਿ ਆਪਾਂ ਨੇ ਇੱਧਰ ਵਾਹ ਕੇ ਬੀਜੀ ਹੋਈ ਆ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਇੱਕੋ ਬੀਜ ਆ ਨਾ ਕੋਈ ਅਲੱਗ ਬੀਜ ਆ ਠੀਕ ਹੈ ਉਹੀ ਬੀਜ ਇੱਧਰ ਬੀਜਿਆ ਹੋਇਆ ਉਹੀ ਬੀਜ ਇੱਧਰ ਬੀਜਿਆ ਹੋਇਆ ਤੁਸੀਂ ਇਹਦੀ ਜਰਮੀਨੇਸ਼ਨ ਦੇਖ ਸਕਦੇ ਹੋ ਇਹਦੀ ਜਰਮੀਨੇਸ਼ਨ ਦੇਖ ਸਕਦੇ ਹੋ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਆਪਾਂ ਵਾਹ ਵਹਾ ਕੇ ਬੀਜਦੇ ਹਾਂ ਨਾ ਵਾਹ ਕੇ ਬੀਜਦੇ ਹਾਂ ਜਾਂ ਰੂਟਾ ਬੀਟਰ ਨਾਲ ਬੀਜਦੇ ਹਾਂ ਉਹਦੇ ਵਰਗੀ ਗੱਲ ਸੁਪਰ ਸੀਡਰ ਨਹੀਂ ਬਣਾਉਂਦਾ ਮਤਲਬ ਕਿ 70% ਮੈਂ ਇਹਨੂੰ ਫੇਲ ਮੰਨਦਾ ਅਸੀਂ ਆਪ ਤਜਰਬਾ ਕਰਕੇ ਦੇਖਿਆ ਅਤੇ ਦੂਜੀ ਗੱਲ ਤੁਹਾਨੂੰ ਗਿੱਲ ਦਾ ਦੱਸਦੇ ਹਾਂ ਵੀ ਗਿੱਲ ਦਾ ਕਿੱਥੋਂ ਪਤਾ ਲੱਗਦਾ ਹੁੰਦਾ ਦੇਖੋ ਆਹ ਤੁਹਾਡੇ ਸਾਹਮਣੇ ਆ ਜਦੋਂ ਆਹ ਚੀਜ਼ ਬਣੀ ਹੋਵੇ ਨਾ ਦੇਖ ਆਹ ਚੀਜ਼ ਦੇਖੋ ਹਜੇ ਵੀ ਗਿੱਲ ਹੈ ਠੀਕ ਹੈ ਜਦੋਂ ਇਹ ਚੀਜ਼ ਬਣੀ ਹੋਵੇ ਤਾਂ ਆਪਾਂ ਠੀਕ ਹੈ ਅੰਦਾਜ਼ਾ ਲਾ ਸਕਦੇ ਹਾਂ ਵੀ ਗਿੱਲ ਪੂਰੀ ਸੀ ਵਾਹਣ ਦੇ ਵਿੱਚ ਇਹਦੀ ਵੀ ਜਰਮੀਨੇਸ਼ਨ 75% ਮਤਲਬ ਕਿ ਇਹਦੀ ਵੀ ਜਰਮੀਨੇਸ਼ਨ 75% ਹੋਈ 25% ਇਹ ਫਸਲ ਦੀ ਵੀ ਜਰਮੀਨੇਸ਼ਨ ਨਹੀਂ ਹੋਈ ਠੀਕ ਹੈ ਅਤੇ ਅੱਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਠੀਕ ਹੈ ਤੁਹਾਨੂੰ ਇਹਦਾ ਹੱਲ ਦੱਸਾਂਗੇ ਆਹ ਦੇਖੋ ਆਹ ਸੁਪਰ ਸੀਡਰ ਨਾਲ ਬੀਜੀ ਹੋਈ ਹਾਲਾਂਕਿ ਇਹ 4-5 ਦਿਨ ਪਹਿਲਾਂ ਬੀਜੀ ਹੋਈ ਆ ਜਿਹੜੀ ਵਾਹ ਕੇ ਮਸ਼ੀਨ ਨਾਲ ਬੀਜੀ ਹੋਈ ਆ ਉਹ ਤੋਂ 4 ਦਿਨ ਪਹਿਲਾਂ ਫਿਰ ਵੀ ਤੁਸੀਂ ਇਹਦੀ ਜਰਮੀਨੇਸ਼ਨ ਦੇਖ ਸਕਦੇ ਹੋ ਅਤੇ ਦੂਜੀ ਗੱਲ ਦੇਖੋ ਗਿੱਲ ਨਹੀਂ ਹੈਗੀ ਤਾਂ ਫਿਰ ਆਹ ਗੁੱਲੀ ਡੰਡਾ ਕਿਵੇਂ ਉੱਗਿਆ ਆ ਕਿਉਂਕਿ ਆਪਾਂ ਕਹਿਣਾ ਨਾ ਗਿੱਲ ਦੇ ਵਿੱਚ ਗੁੱਲੀ ਡੰਡਾ ਜ਼ਿਆਦਾ ਹੁੰਦਾ ਦੇਖੋ ਆਹ ਗੁੱਲੀ ਡੰਡਾ ਉੱਗਿਆ ਕਣਕ ਨਹੀਂ ਬਹੁਤ ਘੱਟ ਜਰਮੀਨੇਸ਼ਨ ਆ ਸੋ ਯਾਰ ਮੇਰੇ ਹਿਸਾਬ ਨਾਲ ਤਾਂ ਸੁਪਰ ਸੀਡਰ ਫੇਲ ਹੈ 5 ਸਾਲ ਹੋ ਗਏ ਆਪਾਂ ਨੂੰ ਸੁਪਰ ਸੀਡਰ ਨਾਲ ਕਣਕਾਂ ਬੀਜਦਿਆਂ ਨੂੰ ਠੀਕ ਹੈ ਕੁਦਰਤੀ ਕਿਸੇ ਦੀ ਨਿਕਲ ਆਉਂਦੀ ਆ ਕਿਸੇ ਦੀ ਨਹੀਂ ਨਿਕਲਦੀ ਮਤਲਬ ਕਿ ਇਹ 100% ਆ ਜਿਹੜਾ ਉਹ ਪਾਸ ਨਹੀਂ ਹੈਗਾ ਕਿਤੇ ਨਾ ਕਿਤੇ ਇਹ 70% ਫੇਲੀਅਰ ਆ ਸਰਕਾਰਾਂ ਦਾ ਕੀ ਆ ਸਰਕਾਰਾਂ ਵੀ ਕੀ ਕਰਦੀਆਂ ਨੇ ਕਮਿਸ਼ਨ ਖਾਂਦੀਆਂ ਨੇ ਮਸ਼ੀਨਰੀ ਵੱਡੀ 'ਚੋਂ ਟਰੈਕਟਰ ਵਾਲੇ ਮਸ਼ੀਨਰੀ ਤੋਂ ਠੀਕ ਹੈ ਉਹਨੂੰ ਟੈਕਸ ਬਣਦਾ ਵੀ ਵੱਡੇ ਸੰਦ ਲਏ ਜਾਣ
ਵੱਡੀਆਂ ਮਸ਼ੀਨਾਂ ਲਈਆਂ ਜਾਣ ਤਾਂ ਕਿ ਉਹਨਾਂ ਨੂੰ ਕਮਿਸ਼ਨ ਬਣੇ, ਠੀਕ ਹੈ। ਪਰਸੈਂਟੇਜ ਜੀ ਐਸ ਟੀ ਆਹ ਦੇਖੋ, ਇਹਦੀ ਜਰਮੀਨੇਸ਼ਨ ਦੇਖ ਸਕਦੇ ਹੋ ਤੁਸੀਂ, ਠੀਕ ਹੈ ਜੀ। ਇਹ ਹੈਗਾ 3086, ਜਿਹੜਾ ਤੁਹਾਨੂੰ ਉੱਧਰ ਦਿਖਾਇਆ ਉਹ ਹੈਗਾ ਸੀਗਾ DBW 303, ਠੀਕ ਹੈ, ਦੇਖ ਸਕਦੇ ਹੋ। ਇੱਧਰ ਵੀ 3086 ਆ, ਇਹਦੀ ਜਰਮੀਨੇਸ਼ਨ ਦੇਖ ਸਕਦੇ ਹੋ, ਠੀਕ ਹੈ, ਇਹਦੀ ਜਰਮੀਨੇਸ਼ਨ ਦੇਖ ਸਕਦੇ ਹੋ, ਜਿਹੜੀ ਕਿ ਸੁਪਰ ਸੀਡਰ ਅਤੇ ਮਸ਼ੀਨ ਨਾਲ ਬੀਜੀ ਹੋਈ ਆ। ਟੋਟਲ ਜਰਮੀਨੇਸ਼ਨ ਆ, ਕੱਲਾ ਕੱਲਾ ਦਾਣਾ ਉੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ। ਮਤਲਬ ਕਿ ਮੈਂ ਇਹਨੂੰ 60% ਨਹੀਂ ਕਿਹਾ, ਮਤਲਬ ਕਿ ਜਿਹੜੇ ਆਪਾਂ 85% ਕਹਿੰਦੇ ਹਾਂ, ਪੂਰਾ ਦਾ ਪੂਰਾ 100% ਜਿਹੜੇ ਕਿ ਦਾਣਾ ਕੱਲਾ ਕੱਲਾ ਉੱਗਿਆ ਹੋਇਆ, ਜਿਹੜਾ ਮਸ਼ੀਨ ਨਾਲ ਬੀਜੀ ਹੋਈ ਆ। ਕਲੀਅਰ? ਤਾਂ ਮੈਂ ਆ ਸੁਪਰ ਸੀਡਰ ਨੂੰ ਫੇਲ ਬਣਦਾ, ਅਤੇ ਹੁਣ ਆਪਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੀ 50% ਕਣਕ ਉੱਗ ਰਹੀ ਆ ਉਹਦਾ ਹੱਲ ਕੀ ਕਰ ਸਕਦੇ ਹਾਂ? ਹੱਲ ਕਿਸਾਨ ਭਰਾਵੋ ਇੱਕੇ ਆ, ਪਾਣੀ ਲਾਉਣ ਤੋਂ ਪਹਿਲਾਂ PBW 550 ਇਹਦਾ ਸਿੱਟਾ ਦੇ ਦਿਓ, ਠੀਕ ਹੈ। 10 ਕਿਲੋ 15 ਕਿਲੋ, ਠੀਕ ਹੈ ਜੀ, ਪਾਣੀ ਲਾਉਣ ਤੋਂ ਪਹਿਲਾਂ ਦਾ ਸਿੱਟਾ ਦੇ ਲਓ। ਅਤੇ ਹੁਣ ਇੱਥੇ ਕਿਸਾਨ ਗਲਤੀ ਕੀ ਕਰਨਗੇ, ਜਿਹੜੀ ਆਪਾਂ ਨੇ ਬੀਜੀ ਆ, ਜਿਹੜੀ ਨਹੀਂ ਹੋਈ, ਉਸੇ ਕਣਕ ਦਾ ਸਿੱਟਾ ਦੇ ਦੇਣਗੇ, ਠੀਕ ਹੈ। ਹੁਣ ਇਹ ਵੀ ਕਿਸਾਨ ਬਹੁਤ ਵੱਡੀ ਗਲਤੀ ਕਰਨਗੇ, ਕਿਸਾਨ ਆਪਣਾ ਗੁੱਸਾ ਕਿਤੇ ਉਤਾਰਨ, ਠੀਕ ਹੈ। ਮੈਂ ਮੰਨਦਾ ਯਾਰ ਵੀ ਸਾਡੀ ਆਪਣੀ ਗਲਤੀ ਆ, ਠੀਕ ਹੈ। ਗਲਤੀ ਕੀ ਆ? ਸਾਡੀ ਆਪਣੀ ਗਲਤੀ ਹੈ ਵੀ ਅਸੀਂ ਸੁਪਰ ਸੀਡਰ ਤੋਂ ਬੀਜਾ ਲਈ, ਠੀਕ ਹੈ। ਜੇ ਇਹਦੇ ਵਾਂਗੂ ਦੂਜੀ ਵਾਂਗੂ ਅਸੀਂ ਵਾਹ ਕੇ ਬੀਜੀ ਹੁੰਦੀ ਤਾਂ ਇਹ ਨੁਕਸਾਨ ਸਾਨੂੰ ਝੱਲਣਾ ਨਾ ਪੈਂਦਾ, ਨੁਕਸਾਨ ਹੈ, ਠੀਕ ਹੈ ਜੀ। ਪਰ ਇਹਦਾ ਹੱਲ ਇਹੀ ਆ ਵੀ ਜਾਂ ਤਾਂ ਇਹਨੂੰ ਹੁਣ ਵਾਹ ਦਈਏ, ਪਾਣੀ ਲਾ ਦਈਏ, ਉਦੋਂ ਵਾਹ ਕੇ ਲੇਟ ਵਰਾਇਟੀ ਲਾਈਏ, ਜਾਂ ਜਿੱਥੇ ਆਪਣੀ 70% ਉੱਗੀ ਹੋਈ ਹੈ ਕਣਕ, ਜਿਹਦੀ 70% ਜਰਮੀਨੇਸ਼ਨ ਹੋਈ ਹੋਈ ਆ, ਉੱਥੇ ਆਪਾਂ ਕੀ ਕਰਨਾ? PBW 550 ਜਾਂ 59 550 ਜਾਂ 58 51, ਇਹਦਾ 10 ਕਿਲੋ ਦਾ ਸਿੱਟਾ ਦੇ ਦੇਣਾ। ਕਲੀਅਰ? ਤੁਹਾਨੂੰ ਵੀ ਦੱਸ ਦੇਣਾ ਭਰਾਵੋ ਇਹੀ ਹੱਲ ਆ, ਹੋਰ ਇਹਦਾ ਕੋਈ ਹੱਲ ਨਹੀਂ, ਠੀਕ ਹੈ। ਅਤੇ ਹੁਣ ਆਪਾਂ ਇਹੀ ਕਰ ਸਕਦੇ ਵੀ ਇਹਨੂੰ ਪਾਣੀ ਲਾ ਕੇ, ਠੀਕ ਹੈ ਜੀ, ਤਾਂ ਆਪਾਂ ਬੀਜ ਦਈਏ, ਕਲੀਅਰ। ਕਈ ਹੁਣ ਕਿਸਾਨ ਕੀ ਕਰਦੇ ਨੇ, ਕਰ ਰਹੇ ਨੇ, ਉਹ ਵੀ ਤਜਰਬਾ ਠੀਕ ਹੈ, ਪਾਣੀ ਦਾ ਸਿੱਟਾ ਦੇ ਰਹੇ ਨੇ। ਮਤਲਬ ਕਿ ਜਿਨ੍ਹਾਂ ਦੇ ਘਰ ਦੇ ਲੈਵੇ ਫਸਲ ਹੈਗੀ ਆ ਜਾਂ ਟੈਂਕੀਆਂ ਵੱਡੀਆਂ ਹੈਗੀਆਂ ਨੇ, ਉਹ ਪਾਈਪ ਲਾ ਕੇ ਪਾਣੀ ਦਾ ਸਿੱਟਾ ਦੇ ਰਹੇ ਨੇ, ਉਹਦੇ ਨਾਲ ਵੀ ਜਰਮੀਨੇਸ਼ਨ ਹੋ ਜਾਂਦੀ। ਪਰ ਇਹ ਅੱਜ ਤੋਂ ਜੇ 4-5 ਦਿਨ ਪਹਿਲਾਂ ਕਰਦੇ, ਪਰ ਹੁਣ ਨਹੀਂ। ਸੋ ਮੈਂ ਯਾਰ, ਮੇਰੇ ਤਾਂ ਇੱਕ ਆ ਵੀ ਸੁਪਰ ਸੀਡਰ ਫੇਲ ਹੈ, ਫੇਲ ਸੌਦਾ। ਅਤੇ ਫਿਰ ਕਹਿੰਦੇ ਨੇ ਕਿਸਾਨ ਅੱਗ ਕਿਉਂ ਲਾਉਂਦੇ ਨੇ, ਉਹ ਹੱਲ ਕੀ ਆ? ਤੁਸੀਂ ਦੱਸ ਦਿਓ ਹੱਲ ਕੀ ਆ? ਤੁਸੀਂ ਸੁਪਰ ਸੀਡਰ ਕੱਢਿਆ, ਹੁਣ ਸਮਾਰਟ ਸੀਡਰ ਕੱਢਤਾ, 1 ਸਾਲ ਸਮਾਰਟ ਸੀਡ ਚੱਲੂਗਾ, ਉਹ ਲੈ ਲੈਣਾ 2.5-3 ਲੱਖ ਦਾ ਕਿਸਾਨਾਂ ਨੇ। ਸਬਸਿਡੀ ਤੁਸੀਂ ਕਿਸੇ ਨੂੰ ਦਿੰਦੇ ਨਹੀਂ, ਵੱਡੇ ਬੰਦੇ ਨੂੰ ਸਬਸਿਡੀ ਕੱਢਦੇ ਨੇ, ਛੋਟੇ ਕਿਸਾਨਾਂ ਨੂੰ ਤੁਸੀਂ ਸਬਸਿਡੀ ਨਹੀਂ ਕੱਢਦੇ, ਠੀਕ ਹੈ। ਜਦੋਂ ਉਹ ਲੈ ਲਿਆ, ਕਲੀਅਰ ਆ, ਠੀਕ ਹੈ, ਫਿਰ ਉਹ ਫੇਲ ਕਰ ਦੇਣਗੇ, ਫਿਰ ਤੁਸੀਂ ਹੋਰ ਕੱਢ ਦੋਗੇ। ਹੁਣ ਜਿਵੇਂ ਸੁਪਰ ਸੀਡਰ ਤਾਂ ਫੇਲ ਹੀ ਆ ਮੇਰੇ ਹਿਸਾਬ ਨਾਲ, ਠੀਕ ਹੈ। ਪੰਗਾ ਲਿਆ ਸੀ, ਠੀਕ ਹੈ, ਆਪਾਂ ਤਾਂ ਭਰਾਵਾ ਰੂਟਾਵੀਟਰ ਨਾਲ ਬਜਾਉਂਦੇ ਸੀ ਪਹਿਲਾਂ, ਇਸ ਵਾਰ ਪੰਗਾ ਲੈ ਲਿਆ ਸੁਪਰ ਸੀਡਰ ਨਾਲ, ਕਰਨਾਂ ਨੂੰ ਹੱਥ ਲੱਗ ਗਏ ਵੀ ਇਸ ਵਾਰ ਅੱਗੇ ਤੋਂ ਸੁਪਰ ਸੀਡਰ ਨਾਲ ਹੀ ਕਣਕ ਬੀਜਦੇ। ਸੋ ਠੀਕ ਆ, ਰੂਟਾਵੀਟਰ ਜਾਂ ਮਸ਼ੀਨ ਨਾਲ ਬੈਸਟ ਹੈ, ਬੈਸਟ ਮਸ਼ੀਨ ਵਾਲੀ ਆ, ਤੁਸੀਂ ਰਿਜ਼ਲਟ ਯਾਰ ਆਪ ਖੁਦ ਹੀ ਦੇਖ ਲਿਆ, ਠੀਕ ਹੈ ਜੀ। ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ।